जस पंजाबी देखते हुए सारे दर्शकों को मेरे वालों प्यार सत श्री अकाल स्वागत प्रोग्राम अज का मुद्दा दे विच मैं तुहाडी होस्ट आशमिता नॉर्मली तुहानू आपां ब्रेकिंग न्यूज़ या वड्डी हैडलाइनस या खास करके इस प्रोग्राम दे विच रीसेंटली 2020 इलेक्शन नू लैके वख वख अपडेट्स प्रोवाइड कर रहे हैं बट अज मैं थोड़ी जी तुहाडे नाल वक्री तरह की गल करना चाहती हाँ मैं साडे प्रोफेशन बारे थोड़ी जी गल करना चाहती हाँ बिकॉज इस सारे तुसी कह लो इलेक्शन प्रोसेस दे विच एंड जो कुछ साल इलेक्शन तो पहले मतलब जिस तरह ये चीज़ बिल्ड हो रही है आप कह सकते हैं एक एंटी मीडिया एंटी जर्नलिस्ट सेंटिमेंट डिवेलप होया है खास करके यूनाइटेड स्टेट्स दे विच यूनाइटेड स्टेट्स ऑफकोर्स ये तुसी कह लो कंट्री बनिया ही फ्रीडम ऑफ स्पीच दे प्रिंसिपल दे उत्ते है एंड फ्रीडम ऑफ स्पीच वो चीज़ हैगी जो जर्नलिस्ट्स नू उना दी तुसी कह लो आवाज़ नू बुलंद कर दी है उना नू अपना कम करन ली जगह दिंदी है बट जदो तुहाडी फ्रीडम ऑफ स्पीच ही थ्रेटन होए वो भी तुसी कह लो लीडरशिप तो ते की चारा रह जांदा है जर्नलिस्ट कोल मीडिया कोल की प्रोटेक्शन रह जांदी है ਤੁਹਾਨੂੰ ਸ਼ਾਇਦ ਯਾਦ ਹੋਏਗਾ ਦੈਟ ਆਪਣੀ ਕੈਂਪੇਨ ਦੀ ਸ਼ੁਰੂਆਤ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ 2016 ਦੇ ਵਿੱਚ ਮੀਡੀਆ ਨੂੰ ਐਨਮੀ ਆਫ ਦਾ ਪੀਪਲ ਕਿਹਾ ਸੀ ਲੋਕਾਂ ਦਾ ਦੁਸ਼ਮਣ ਇਸ ਚੀਜ਼ ਨੂੰ ਲੈ ਕੇ ਕਿਸ ਤਰ੍ਹਾਂ ਦੀ ਇੰਪੈਕਟ ਨਾ ਕਿ ਜਰਨਲਿਸਟਸ 'ਤੇ ਇਸ ਕੰਟਰੀ ਵਿੱਚ ਹੋਇਆ ਬਟ ਵਰਲਡ ਵਾਈਡ ਯੂਨਾਈਟਿਡ ਸਟੇਟਸ ਇੱਕ ਲੀਡਰ ਦੇ ਤੌਰ 'ਤੇ ਖਾਸ ਕਰਕੇ ਜਿੱਥੇ ਇਸ ਪ੍ਰੋਫੈਸ਼ਨ ਦੀ ਗੱਲ ਆਉਂਦੀ ਹੈ ਮੰਨਿਆ ਜਾਂਦਾ ਸੀ ਬਟ ਜਦੋਂ ਯੂਨਾਈਟਿਡ ਸਟੇਟਸ ਦੀ ਲੀਡਰਸ਼ਿਪ ਇਸ ਤਰ੍ਹਾਂ ਦੀ ਮੈਸੇਜਿੰਗ ਇਸ ਤਰ੍ਹਾਂ ਦੇ ਓਪਨ ਸਟੇਟਮੈਂਟਸ ਖੁੱਲ੍ਹੇ ਐਲਾਨ ਕਰਦੀ ਹੈ ਕਿ ਜਰਨਲਿਸਟ ਤਾਂ ਐਨਮੀ ਆਫ ਦਾ ਪੀਪਲ ਹਨ ਅਤੇ ਕੀ ਸਾਡੀ ਤੁਸੀਂ ਕਹਿ ਲਓ ਜਗ੍ਹਾ ਰਹਿ ਜਾਂਦੀ ਹੈ ਸੁਸਾਇਟੀ ਦੇ ਵਿੱਚ ਇਨ ਚੀਜ਼ਾਂ ਨੂੰ ਲੈ ਕੇ ਕੁਛ ਆਪਾਂ ਕਹਿ ਸਕਦੇ ਹਾਂ ਡਿਸਟਰਬਿੰਗ ਮੈਂ ਤੁਹਾਡੇ ਨਾਲ ਨੰਬਰਸ ਸ਼ੇਅਰ ਕਰਨਾ ਚਾਹੁੰਦੀ ਹਾਂ ਅਕੋਰਡਿੰਗ ਟੂ ਏ ਗੈਲਪ ਪੋਲ ਗੈਲਪ ਇੱਕ ਬਹੁਤ ਮੰਨਿਆ ਹੋਇਆ ਪੋਲਿੰਗ ਹਾਊਸ ਹੈਗਾ ਥਿੰਕ ਟੈਂਕ ਹੈਗਾ ਅਕੋਰਡਿੰਗ ਟੂ ਦੈਮ ਉਹਨਾਂ ਨੇ ਰੀਸੈਂਟਲੀ ਇਸ ਚੀਜ਼ 'ਤੇ ਸਰਵੇ ਕੀਤਾ ਇਨ 4 out of 10 ਅਡਲਟਸ ਸੇ ਦੈਟ ਉਹ ਨਿਊਜ਼ ਨੂੰ ਜ਼ਿਆਦਾ ਟਰੱਸਟ ਨਹੀਂ ਕਰਦੇ ਐਂਡ ਇਨ ਫੈਕਟ 6 out of 10 ਸੇ ਦੇ ਡੋਂਟ ਟਰੱਸਟ ਦ ਮੀਡੀਆ ਐਟ ਆਲ ਉਹਨਾਂ ਨੂੰ ਕੋਈ ਵੀ ਭਰੋਸਾ ਨਹੀਂ ਹੈਗਾ ਮੀਡੀਆ 'ਤੇ ਇਸ ਚੀਜ਼ ਨੂੰ ਲੈ ਕੇ ਆਫਕੋਰਸ ਪੋਲੀਟੀਕਲ ਪਾਰਟੀਜ਼ ਵੀ ਇੱਕ ਡਿਵਾਈਡ ਪੈਦਾ ਕਰਦੀਆਂ ਹਨ ਅਗਰ ਮੈਂ ਤੁਹਾਨੂੰ ਦੱਸਾਂ ਇੱਕ ਹੋਰ ਪੋਲ ਸਾਨੂੰ ਦੱਸਦਾ ਹੈ ਦੈਟ ਜੋ ਅਮੈਰੀਕਨਸ ਦਾ ਕੌਨਫੀਡੈਂਸ ਹੈਗਾ ਮੀਡੀਆ ਦੇ ਵਿੱਚ ਨਿਊਜ਼ ਦੇ ਵਿੱਚ ਉਹ ਰਿਪਬਲਿਕਨ ਵਰਸਿਸ ਡੈਮੋਕਰੈਟਸ ਦੇ ਵਿੱਚ ਸਪਲਿਟ ਹੋ ਜਾਂਦਾ ਹੈ ਅਗਰ ਤੁਸੀਂ ਦੇਖੋ ਡੈਮੋਕਰੈਟਸ ਜ਼ਿਆਦਾ ਫੇਵਰੇਬਲ ਓਪੀਨੀਅਨ ਰੱਖਦੇ ਹੈ ਨਿਊਜ਼ ਨੂੰ ਲੈ ਕੇ ਮੀਡੀਆ ਨੂੰ ਲੈ ਕੇ ਐਂਡ ਰਿਪਬਲਿਕਨਸ ਬਹੁਤ ਹੀ ਲੋ ਓਪੀਨੀਅਨ ਰੱਖਦੇ ਜਿਸ ਤਰ੍ਹਾਂ ਤੁਸੀਂ ਸਕਰੀਨ 'ਤੇ ਗ੍ਰੈਫ ਵੇਖ ਸਕਦੇ ਹੋ ਜੋ ਰੈੱਡ ਲਾਈਨ ਹੈਗੀ ਤੁਹਾਨੂੰ ਦਿਖਾਉਂਦੀ ਹੈ ਦੈਟ ਓਵਰ ਦ ਲਾਸਟ ਫਿਊ ਈਅਰਸ ਕਿਸ ਤਰ੍ਹਾਂ ਖਾਸ ਕਰਕੇ 2016 ਤੋਂ ਬਾਅਦ ਅਮੈਰੀਕਨਸ ਦਾ ਪਰਸਪੈਕਟਿਵ ਅਗਰ ਉਹ ਰਿਪਬਲਿਕਨ ਲੀਨਿੰਗ ਹਨ ਕਿਸ ਤਰ੍ਹਾਂ ਨਿਊਜ਼ ਨੂੰ ਲੈ ਕੇ ਮੀਡੀਆ ਨੂੰ ਲੈ ਕੇ ਤੁਸੀਂ ਕਹਿ ਲਓ ਸ਼ਿਫਟ ਹੋਇਆ ਹੈ ਜਾਂ ਡੀਕਰੀਸ ਹੋਇਆ ਹੈ ਵਰਸਿਸ ਡੈਮੋਕਰੈਟਸ ਦਾ ਇਨਕਰੀਸ ਹੋਇਆ ਹੈ ਸੋ ਆਫਕੋਰਸ ਇਹਦੇ ਵਿੱਚ ਕੁਛ ਪੋਲੀਟੀਕਲ ਰੈਟਰਿਕ ਬਟ ਐਟ ਦੀ ਐਂਡ ਆਫ ਦ ਡੇ ਲੀਡਰਸ਼ਿਪ ਦੀ ਗੱਲ ਆ ਜਾਂਦੀ ਹੈ ਕਿ ਲੀਡਰਸ਼ਿਪ ਕਿਸ ਤਰ੍ਹਾਂ ਦੀ ਮੈਸੇਜਿੰਗ ਫਰੋਮ ਦ ਟੋਪ ਪੁੱਟ ਫੋਰਵਰਡ ਕਰਦੀ ਹੈ ਜਿਹਦੇ ਮੁਤਾਬਿਕ ਬਾਕੀ ਕੰਟਰੀ ਉਸ ਚੀਜ਼ ਨੂੰ ਫੋਲੋ ਕਰਦਾ ਹੈ ਬਾਕੀ ਦੁਨੀਆ ਉਸ ਚੀਜ਼ ਨੂੰ ਫੋਲੋ ਕਰਦੀ ਹੈ ਮੈਂ ਤੁਹਾਨੂੰ ਦੱਸਾਂ ਅੱਜ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ ਅੱਜ ਦੀ ਡੇਟ ਵਿੱਚ ਐਜ਼ ਆਫ ਦਿਸ ਵੀਕ ਜੋ ਕਮਿਟੀ ਟੂ ਪ੍ਰੋਟੈਕਟ ਜਰਨਲਿਸਟ ਹੈਗੀ CPJ ਇੱਕ ਇੰਟਰਨੈਸ਼ਨਲ ਔਰਗਨਾਈਜੇਸ਼ਨ ਹੈਗੀ ਜੋ ਜ਼ਿਆਦਾਤਰ ਇੰਟਰਨੈਸ਼ਨਲ ਅਬਿਊਜ਼ ਔਨ ਦਾ ਫਰੀਡਮ ਆਫ ਪ੍ਰੈਸ 'ਤੇ ਫੋਕਸ ਕਰਦੀ ਹੈ ਜੋ ਅੰਡਰ ਡਿਵੈਲਪਡ ਜਾਂ ਡਿਵੈਲਪਿੰਗ ਕੰਟਰੀਜ਼ ਹਨ ਉੱਥੇ ਜੋ ਅਬਿਊਜ਼ ਹੁੰਦੇ ਆ ਜਰਨਲਿਸਟ ਦੇ ਖਿਲਾਫ ਯੂਜੂਅਲੀ ਕਮਿਟੀ ਟੂ ਪ੍ਰੋਟੈਕਟ ਜਰਨਲਿਸਟ ਉਹਨਾਂ 'ਤੇ ਫੋਕਸ ਕਰਦੀ ਹੈ ਬਟ ਐਜ਼ ਆਫ ਦਿਸ ਵੀਕ ਕਮਿਟੀ ਆਫ ਦ ਕਮਿਟੀ ਟੂ ਪ੍ਰੋਟੈਕਟ ਜਰਨਲਿਸਟ CPJ has reported that almost 250 journalists are in prison around the world and 64 are missing because of their work.
अगर आप यूनाइटेड स्टेट्स की गल करते हैं जिथे फ्री एंड इंडिपेंडेंट प्रेस साड़ी कॉन्स्टिट्यूशन का सब तो वड्डा हक हैगा सानू दिता गया है यूनाइटेड स्टेट्स के विच भी सानू इस साल किन्ना वायलेंस प्रो जर्नलिस्ट के खिलाफ वेखन मिले इनफैक्ट इस साल जर्नलिस्ट जिन्होंने तुम कह लो सोशल अनरेस्ट प्रोटेस्ट ब्लैक लाइव्स मैटर ये सारी चीज़ों कवर करन लई अपनी प्रेजेंस रखी उन्हें हमले हुए आम पब्लिक तो उन्हें हमले हुए पुलिस तो आई मीन इन्ने लैवल दे हमले हुए कि कभी कभार तुहानू ये नहीं पता लगता सी कि ये यूनाइटेड स्टेट्स विच हो रहा है या ये कोई इराक इजिप्ट एहोजी कंट्री है जिथे जर्नलिस्ट की कोई से नहीं हैगी सो इन चीज़ों नूं लैके मैं अफकोर्स जिस तरह तुहानू दस्सिया साडे लई बहुत परसनल इशू है तो मैं कुछ इस तरह के गैस्ट नूं लैके आना चाहते हैं जो इस चीज़ के विच सानू होर अपना ओपीनियन दे सकते हैं कि किस तरह वह भी इनू महसूस कर रहे हैं इतने एक छोटी जी ब्रेक लिए रुकते हैं कितने ना जाओ मिलते हैं ब्रेक तो उस पार ब्रेक तो बस सारा का स्वागत है तुम वेख रहे हो प्रोग्राम अज का मुद्दा तो अज सा यही गल हो रही है जिथे मैं बह के अपनी गल कर रही हूँ थोड़ी जी ये सानू इसलिए करनी पै रही है बिकॉज रीसेंटली एक स्पैशली इस इलैक्शन तो बाद मीडिया ते जर्नलिस्ट ते एहो जे आप कह सकते हैं एक्यूजेशन सिटियां जा रही हैं कि अगर ये मीडिया रिपोर्ट कर रही है ये चीज़ जरूर सच नहीं हो सकती अफकोर्स इलैक्शन के रिजल्ट नू लैके बहुत ज़्यादा मिस इनफॉर्मेशन सोशल मीडिया ते ट्विटर ते तुहानू वेखण नू मिल रही होनी है बट जो कोई रेप्यूटेड मीडिया आउटलेट तुहानू दस दिए कि ये फैक्ट्स हैं ये सबूत है एंड ये सबूत नहीं है साढ़े कोल ते लोकां दा ओपिनियन उस चीज़ नू लैके किस तरह शिफ्ट हो रहा है ते साडे प्रोफेशन ते उहदा की इंपैक्ट हो रहा है ते इस चीज़ ते साडे नाल डिस्कशन करन लई सानू जॉइन करे मीडिया वैटरन 40 साल तो वध जिन्हां दा तजुर्बा है मैं सब तो पहले स्वागत करना चाहवांगी बलदेव सिंह गरेवाल जी तुहाडा प्रोग्राम दे विच स्वागत सति श्री अकाल थैंक यू जी मैनू अपने प्रोग्राम दे विच लैण दे लई ऑफकोर्स गरेवाल जी तुसी 40 साल का एक्सपीरियंस रखते हो इस प्रोफेशन दे विच 20 साल तो तुहानू यूनाइटेड स्टेट्स विच एक काम करते हुए हो गए प्रिंट जर्नलिस्ट शेरे पंजाब पब्लीकेशन की तरफों तुसी साडे नाल अज जुड़े हो गरेवाल जी सब तो पहले तो मैं थोड़े तो ये पूछना चाहवांगी कि यू नो जदों रीसेंटली खास करके इलैक्शन तो बाद रिपोर्टिंग जाती है किसी भी रेप्यूटेड मीडिया आउटफिट तो नॉट सोशल मीडिया एंड ऑल ऑफ दैट यू नो जो इंटरनेट पर चैनल चलते मैं उन्होंने गल नहीं कर रही आई एम टॉकिंग अबाउट रेप्यूटेड आउटलेट जो उन्होंने तरफों गल जाती है कि ये फैक्ट्स हैं ये होया ये नहीं होया तो इस तरह चीज़ डिवेलप हो रही है क्यों तुहानू लगता यूनाइटेड स्टेट्स दे विच खास करके यू नो आप कह सकते हैं कुछ लोग इन्ने डट के उन फैक्ट्स के खिलाफ खड़े होंगे इनफैक्ट वो मीडिया के खिलाफ खड़े होंगे फेक न्यूज़ कहते सानू तुहानू की लगता है कि यह सेंटिमेंट क्यों पैदा होया देखो जिहड़ा मीडिया ना इनू डेमोक्रेसी का चौथा थंब किया जाता है जी एग्जेक्टिव लेजिस्लेटिव जुडिशरी एंड चौथा है प्रेस जी ये दुनिया भर के जिथे भी डेमोक्रेसी उत्थे मीडिया नूं बहुत सत्कारिया जांदा है प्रिंट मीडिया खासकर रोल अदा करता रहा क्योंकि शुरू तो प्रिंट मीडिया ही रहा है टेलीविजन वगैरह से बाद दे विच आए ने जी ते अमेरिका दुनिया का डेमोक्रेसी का एक मॉडल है दुनिया इस नूं देख के चलती है जी। पर बदकिस्मती है कि पिछले 4 सालों तो 2016 तो ट्रंप दे आउन तो बाद मीडिया ते सवाल उठन लगे ट्रंप साहब ने अपनी कंपेन दे दौरान ही मीडिया ते सवाल उठाने शुरू कर दिते सीगे क्योंकि उन्होंने फिर मीडिया पसंद नहीं आया जी। वो अपने तौर ते चलते रहे ने उन्होंने इसनू फेक मीडिया कहना शुरू किया जिहड़ियां मतलब प्रवानित चैनल्स ने सारियां थ्रू आउट 4 साल उन्होंने सिर्फ फॉक्स चैनल जी उन्होंने सी उन्होंने हक के बोलती रही बाकी फिर मीडिया रहा किसी ने प्रेजिडेंट के दबाव हेठ आ के रिपोर्टिंग करने की कोशिश नहीं की फैक्ट इज फैक्ट वो सामने लैके आते रहे जी ये इलेक्शन भी उन्होंने देख लो हूँ ये गल बड़ी क्लीयर हुई है कि ट्रंप साहब नूं कुछ भी पसंद नहीं सवाए अपने तो
उन्होंने प्रिंट मीडिया नू फेक मीडिया कहते रहे। वाइट हाउस दे विच प्रेस कॉन्फ्रेंस दे विच जिसले कोई रिप्यूटेड मीडिया वाले सीएन जा सीबीएस या एनसीबी पूछते रहे सवाल, वो फेक मीडिया करके उंगली करते सी फेक मीडिया आई वॉन्ट रिप्लाई। ये एक किस्म की इंसल्टिंग टोन सी। ट्विटर से अपने भड़ास करते रहे, जो नहीं कहना सी ट्विटर से करते रहे। मीडिया के आए नहीं कभी, मीडिया ने उन्हें फेस नहीं किया। मेरा नहीं ख्याल चार साल के वो नहीं किसी रिप्यूटेड चैनल को अपना इंटरव्यू दिता होगा। इस इलेक्शन के फॉक्स जी मीडिया फॉक्स चैनल उन्होंने चलती रही थी, भी फेयर रिजल्ट आते रहे ने। जिस तरह आए ने रिजल्ट उस तरह देंदे रहे ने। सिर्फ दो एंकर उन्होंने ट्रंप की भाषा बोलते रहे ने। अज दिया जो तुम खबर सुनी हो, ट्रंप के जो खास दोस्त उत्थे चैनल से है, उन्होंने भी कहा कि कंसीड करना चाहिए, यील्ड कर देना चाहिए और बाइडन इज प्रेजिडेंट इलेक्ट जी। पर ट्रंप साहब अजकल इस गल मंजूर करने हाले तक भी तैयार नहीं हुए। उन्होंने मीडिया को इगनोर किया एक किस्म का, थ्रू उन्होंने टर्म के मीडिया को इगनोर किया। उन्हें अपनी प्रेजिडेंसी को रियलिटी शो बनाई रखा कि जी जो जिहोजा काम पहला करते जहाजा करते रहे जी। पहले प्रेजिडेंट ने जिन्हों ने अपने फाइनैंशियल रिकॉर्ड जार नहीं किया, टैक्स फाइलां जार नहीं कीतियां, उन्होंने बैंकरप्सियां फाइल कीतियां, सब कुछ किया। वो चलो वो लोगों को पता है पर टैक्स किन्ना फाइल करते रहे उन्होंने ये पहले प्रेजिडेंट यानी नहीं दसिया। शायद मीडिया तो इसे लिए दूरी रखते हैं कि कुछ वो मीडिया तो लुकाना चाहते हैं। तो हुण साफ हो गया, हुण तो मेरे ख्याल दुनिया भर के पता लग गया कि वह सच्चाई को मनन को तैयार नहीं, अपने तौर पर चल रहे। हुण पिछले दिन जिस दिन तो रिजल्ट आया उस दिन तो जो वो कर रहे ने वो कुछ ठीक नहीं कर रहे। जिहड़ा प्रेजिडेंट इलैक्ट है उन्हें सारी रिपोर्टिंग होनी चाहिए, मतलब इंफॉर्मेशन एजेंसियां दी सारियां दी इंटेलिजेंस एजेंसियां दी वो नहीं हो रही। तुसी शायद ये भी खबर सुनी होनी है कि जो ट्रंप साहब ट्रंप ने एल गोर नालों मुकाबले जीती सी, 26 दिन रिजल्ट फाइनल होने लग गए थे। वो 26 दिन ट्रंप बुश साहब को इनफॉर्मेशन जी एजेंसियां दी नहीं सी मिल सकी। ਹੁਣ ਜਿਹੜਾ 911 ਵਾਲੇ ਕਮਿਸ਼ਨ ਬੈਠਾ ਉਹਦੀਆਂ ਜਿਹੜੀਆਂ ਫਾਈਂਡਿੰਗ ਵਿੱਚ ਇਹ ਗੱਲ ਸਾਹਮਣੇ ਆਈ ਕਿ ਉਹ ਜਿਹੜੇ 26 ਦਿਨ ਬਲਡਾ ਆਉਣ ਵਾਲੇ ਪ੍ਰੈਜ਼ੀਡੈਂਟ ਨੂੰ ਇਨਫੋਰਮੇਸ਼ਨ ਏਜੰਸੀਆਂ ਦੀ ਨਹੀਂ ਮਿਲ ਸਕੀ, ਉਹ ਕਾਰਨ ਸੀ 911 ਦਾ ਜੀ। ਟਰੰਪ ਸਾਹਿਬ ਹੁਣ ਜੇ ਉਹਨਾਂ ਨੂੰ ਅਲਾਊ ਨਹੀਂ ਕਰਦੇ, ਉਹਨਾਂ ਤੱਕ ਏਜੰਸੀਆਂ ਨੂੰ ਸਿੱਧਾ ਰਾਬਤਾ ਨਹੀਂ ਹੋਣ ਦੇ, ਇਹਦਾ ਭਵਿੱਖ ਦੇ ਵਿੱਚ ਕੋਈ ਨੁਕਸਾਨ ਵੀ ਹੋ ਸਕਦਾ ਹੈ। ਸੋ ਮੀਡੀਆ ਜਿਹੜਾ ਜਿਸ ਨੂੰ ਡੈਮੋਕ੍ਰੇਸੀ ਦਾ ਥੰਮ ਕਿਹਾ ਜਾਂਦਾ ਹੈ, ਉਸ ਤੋਂ ਪਿੱਛਾ ਕਰਕੇ ਉਹਦੀ ਅਲਪਿੱਠ ਕਰਕੇ ਟਰੰਪ ਸਾਹਿਬ ਚੱਲ ਰਹੇ ਨੇ ਸੋਸ਼ਲ ਮੀਡੀਆ ਤੇ ਜਾਂ ਉਹ ਟਵਿੱਟਰ ਤੇ ਕੁਛ ਆਪਣੀ ਭੜਾਸ ਕੱਢ ਰਹੇ ਨੇ, ਸਹੀ ਗੱਲ ਨਹੀਂ ਕਰ ਰਹੇ ਜੀ। ਇਸ ਕਰਕੇ ਜੇ ਉਹ ਮੀਡੀਆ ਨੂੰ ਪੂਰੀ ਰਿਸਪੈਕਟ ਦਿੰਦੇ, ਮੀਡੀਆ ਨੂੰ ਆਪਣਾ ਸਭ ਕੁਛ ਦੱਸਦੇ, ਕੋਈ ਟਰਾਂਸਪੇਰੈਂਸੀ ਰੱਖਦੇ ਆਪਣੇ ਬਿਹੇਵੀਅਰ ਦੇ ਵਿੱਚ, ਤੇ ਦੂਸਰੀ ਇਲੈਕਸ਼ਨ ਦੂਸਰੀ ਟਰਮ ਉਹਨਾਂ ਦੀ ਸ਼ੁਰ ਹੋ ਸਕਦੀ ਸੀ। ਉਹਨਾਂ ਦੇ ਇਸ ਬਿਹੇਵੀਅਰ ਨੇ ਉਹਨਾਂ ਨੂੰ ਲੋਕਾਂ ਤੋਂ ਦੂਰ ਕੀਤਾ, ਮੀਡੀਆ ਤੋਂ ਦੂਰ ਕੀਤਾ, ਮੀਡੀਆ ਦੇ ਰਾਹੀਂ ਲੋਕਾਂ ਤੋਂ ਦੂਰ ਹੋਏ ਤਾਂ ਉਹ ਇਲੈਕਸ਼ਨ ਲੂਜ਼ ਕਰ ਗਏ, ਪਰ ਉਹ ਅੱਜ ਵੀ ਮੰਨਣ ਨੂੰ ਤਿਆਰ ਨਹੀਂ ਹੈਗੇ ਜੀ। ਇਸ ਕਰਕੇ ਮੀਡੀਆ ਦੇ ਰੋਲ ਦਾ ਤੁਸੀਂ ਸਮਝਦੇ ਹੋ, ਪਰ ਅਮੈਰੀਕਾ ਦੇ ਵਿੱਚ ਮੀਡੀਆ ਜਿਹੜਾ ਪ੍ਰੈਜ਼ੀਡੈਂਟ ਦੇ ਪ੍ਰੈਸ਼ਰ ਦੇ ਵਿੱਚ ਨਹੀਂ ਆਇਆ, ਜਦਕਿ ਇੰਡੀਆ ਵਰਗੇ ਮੁਲਕਾਂ ਦੇ ਵਿੱਚ ਥੋੜੀ ਡੀਪਲੀ ਇਸ ਚੀਜ਼ ਨੂੰ ਡਿਸਕਸ ਕਰੀਏ। ਇੱਥੇ ਸਾਨੂੰ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਣਾ ਪੈ ਰਿਹਾ, ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਵਿਊਅਰਸ ਤੁਸੀਂ ਵੀ ਸਾਡੇ ਨਾਲ ਜੁੜੇ ਰਹੋ, ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ, ਅਤੇ ਗੱਲ ਹੋ ਰਹੀ ਹੈ ਕਿ ਕਿਸ ਤਰ੍ਹਾਂ ਜੋ ਤੁਸੀਂ ਕਹਿ ਲਓ ਐਂਟੀਟੀ ਜੋ ਲੋਕ ਕੰਟਰੋਲ ਕਰਦੇ ਜੋ ਪਾਵਰ ਵਿੱਚ ਹੈਗੀ ਉਹਨਾਂ ਨੂੰ ਅਕਾਊਂਟੇਬਲ ਰੱਖਦੀ ਹੈ, ਜਦੋਂ ਉਹਦੇ 'ਤੇ ਅਟੈਕ ਹੁੰਦਾ ਹੈ, ਕੌਣ ਅਕਾਊਂਟੇਬਿਲਿਟੀ ਮੰਗੂਗਾ ਇਨ ਲੀਡਰਸ ਤੋਂ? ਜਦੋਂ ਆਪਾਂ ਜਰਨਲਿਸਟ ਦੀ ਮੀਡੀਆ ਦੀ ਗੱਲ ਕਰਦੇ ਹਾਂ, ਜਿਸ ਤਰ੍ਹਾਂ ਸਾਡੇ ਗੈਸਟ ਸਾਨੂੰ ਦੱਸ ਰਹੇ ਸੀ, ਸਾਡਾ ਇੱਕ ਇੰਡੀਪੈਂਡੈਂਟ ਰੋਲ ਹੁੰਦਾ ਹੈ ਸਾਰਿਆਂ ਤੋਂ ਟ੍ਰਾਂਸਪੈਰੈਂਸੀ ਐਕਸਪੈਕਟ ਕਰਨੀ,
ਤੇ ਉਹ ਅਕਾਊਂਟੇਬਿਲਿਟੀ ਡਿਮਾਂਡ ਕਰਨੀ ਜੋ ਇੱਕ ਐਵਰੇਜ ਇਨਸਾਨ ਨਹੀਂ ਕਰ ਸਕਦਾ। ਇਸ ਚੀਜ਼ 'ਤੇ ਸਾਡੇ ਨਾਲ ਵਿਸ਼ਾ ਕਰਨ ਲਈ ਸਾਨੂੰ ਜੁਆਇਨ ਕਰਿਆ ਸਾਡੇ ਗੈਸਟ ਬਲਦੇਵ ਸਿੰਘ ਗਰੇਵਾਲ ਜੀ, ਜੋ 40 ਸਾਲਾਂ ਦਾ ਐਕਸਪੀਰੀਅੰਸ ਰੱਖਦੇ ਆ ਮੀਡੀਆ ਦੇ ਵਿੱਚ। ਬਲਦੇਵ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਸਵਾਗਤ। ਥੈਂਕ ਯੂ ਫਾਰ ਜੁਆਇਨਿੰਗ ਅਸ। ਬਲਦੇਵ ਜੀ, ਤੁਸੀਂ ਬ੍ਰੇਕ ਤੋਂ ਪਹਿਲੇ ਸਾਨੂੰ ਦੱਸ ਰਹੇ ਸੀ ਕਿ ਕਿਸ ਤਰ੍ਹਾਂ ਪਿਛਲੇ 4 ਸਾਲਾਂ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਆਲਮੋਸਟ ਸਿਸਟਮੈਟਿਕਲੀ ਮੀਡੀਆ 'ਤੇ ਅਟੈਕ 'ਤੇ ਅਟੈਕ ਕਰਕੇ ਹੁਣ ਮੀਡੀਆ ਦੇ ਵਿੱਚ, ਨਿਊਜ਼ ਦੇ ਵਿੱਚ, ਰਿਪੋਰਟਿੰਗ ਦੇ ਵਿੱਚ ਕੌਨਫੀਡੈਂਸ ਨੂੰ ਬਿਲਕੁਲ ਡਿਕਰੀਜ਼ ਕਰਤਾ ਹੈ। ਖਾਸ ਕਰਕੇ ਜਿਸ ਤਰ੍ਹਾਂ ਕੁਛ ਸਾਨੂੰ ਫਿਗਰਸ ਦੱਸਦੇ ਹੈ, ਖਾਸ ਕਰਕੇ ਰਿਪਬਲਿਕਨ ਲੀਨਿੰਗ ਇੰਡੀਵਿਜੂਅਲਸ ਦੇ ਵਿੱਚ। ਬਟ ਇਸ ਚੀਜ਼ ਦੀ ਆਪਾਂ ਕਹਿ ਸਕਦੇ ਹਾਂ ਇਹ ਯੂਨਾਈਟਿਡ ਸਟੇਟਸ ਵਿੱਚ ਅੱਜ ਹੋ ਰਹੀ ਹੈ, ਸਾਡੇ ਲਈ ਇੱਕ ਬਹੁਤ ਹੀ ਆਪਾਂ ਕਹਿ ਸਕਦੇ ਅਲਾਰਮਿੰਗ ਚੀਜ਼ ਹੈ। ਬਟ ਤੁਹਾਡਾ ਜੋ ਤਜੁਰਬਾ 20 ਸਾਲਾਂ ਦਾ ਇੰਡੀਆ ਵਿੱਚ ਇਸ ਚੀਜ਼ ਨੂੰ ਤੁਸੀਂ ਵੇਖਿਆ, ਮੈਂ ਚਾਹੁੰਦੀ ਹਾਂ ਤੁਸੀਂ ਉਹ ਕਨੈਕਸ਼ਨ ਸਾਡੇ ਲਈ ਥੋੜ੍ਹਾ ਜਿਹਾ ਡਰਾ ਕਰੋ ਕਿ ਕਿਸ ਤਰ੍ਹਾਂ ਜਦੋਂ ਗਵਰਨਮੈਂਟ ਦਾ ਪੂਰਾ ਹੱਥ ਇੱਕ ਮੀਡੀਆ ਔਰਗਨਾਈਜੇਸ਼ਨ ਦੇ ਵਿੱਚ ਹੁੰਦਾ ਹੈ, ਕਿਸ ਤਰ੍ਹਾਂ ਦੀ ਆਪਾਂ ਕਹਿ ਸਕਦੇ ਹਾਂ ਅਨਫੇਅਰ ਰਿਪੋਰਟਿੰਗ ਜਾਂ ਇੱਕ ਸਾਈਡਡ ਵਨ ਸਾਈਡਡ ਰਿਪੋਰਟਿੰਗ ਸਾਨੂੰ ਵੇਖਣ ਨੂੰ ਮਿਲਦੀ ਹੈ। ਦੇਖੋ ਜੀ, ਇੱਕ ਮੈਂ ਤੁਹਾਨੂੰ ਪਹਿਲਾਂ ਗੱਲ ਕਹਿ ਕੇ ਹਟਿਆ ਕਿ ਟਰੰਪ ਸਾਹਿਬ ਨੇ 40 ਸਾਲ ਆਪਣੇ 4 ਸਾਲ ਦੇ ਟੈਨਿਓਰ ਦੇ ਵਿੱਚ ਮੀਡੀਆ ਤੋਂ ਦੂਰੀ ਬਣਾਈ ਰੱਖੀ ਹੈ। ਉਹ ਮੀਡੀਆ ਤੋਂ ਦੂਰੀ ਉਹਨਾਂ ਨੂੰ ਲੋਕਾਂ ਤੋਂ ਵੀ ਦੂਰ ਲੈ ਗਈ ਨੇ। ਹੁਣ ਤੁਸੀਂ ਜਿਹੜੀ ਇਲੈਕਸ਼ਨ ਦੇ ਰਿਜ਼ਲਟ ਨੇ ਉਹਦੇ ਵਿੱਚ ਜੋ ਬਾਈਡਨ ਪ੍ਰੈਜੀਡੈਂਟ ਇਲੈਕਟ ਨੇ, ਇਟਸ ਫਾਈਨਲ, ਇਹ ਕਿਧਰੇ ਵੀ ਰਿਜ਼ਲਟ ਚੇਂਜ ਹੋਣ ਵਾਲੇ ਨੇ। ਟਰੰਪ ਸਾਹਿਬ ਜੋ ਚਾਹੁਣ ਕਰ ਲੈਣ, ਪਰ ਰੀਕਾਊਂਟਿੰਗ ਕਰਾ ਲੈਣ, ਪਰ ਰਿਜ਼ਲਟ ਇਹੀ ਰਹਿਣੇ ਨੇ। ਇਹ ਮੀਡੀਆ ਦੀ ਇੰਪੋਰਟੈਂਸ ਸਾਹਮਣੇ ਆਈ ਲੋਕਾਂ ਦੇ ਜਾਂ ਲੀਡਰਾਂ ਦੇ ਕਿ ਮੀਡੀਆ ਤੋਂ ਦੂਰੀ ਬਣਾਈ ਰੱਖਣੀ ਜਿਹੜੀ ਨਾ, ਉਹ ਲੋਕਾਂ ਤੋਂ ਵੀ ਦੂਰੀ ਬਣਾਈ ਰੱਖਣ ਵਾਲਾ ਇੱਕ ਰਸਤਾ ਹੋ ਸਕੀ ਹੈ। ਇਸ ਕਰਕੇ ਇਹ ਡੈਮੋਕ੍ਰੇਸੀ ਦਾ ਚੌਥਾ ਥੰਮ ਹੈ, ਇਹਦੀ ਇੰਪੋਰਟੈਂਸ ਨੂੰ ਲੀਡਰਾਂ ਨੂੰ ਵੀ ਸਮਝਣਾ ਚਾਹੀਦਾ, ਲੋਕਾਂ ਨੂੰ ਵੀ ਸਮਝਣਾ ਚਾਹੀਦਾ। ਲੋਕਾਂ ਦੇ ਵਿੱਚ ਗੌਰਮੈਂਟ ਦੇ ਵਿਚਾਲੇ ਇਹ ਇੱਕ ਪੁੱਲ ਦਾ ਕੰਮ ਕਰਦਾ ਹੈ ਜੀ। ਇਹ ਇੱਥੇ 4 ਸਾਲ ਦੇ ਵਿੱਚ ਜੋ ਹੋਇਆ ਉਹਦਾ ਤੁਸੀਂ ਹਸ਼ਰ ਦੇਖ ਲਿਆ ਕਿ ਟਰੰਪ ਸਾਹਿਬ ਨੂੰ ਉਹਦੀ ਦਾ ਰੋਜ਼ਾਨਾ ਭੁਗਤਣਾ ਪਿਆ ਇੱਕ ਤਰੀਕੇ ਦੇ ਨਾਲ। ਇੱਥੇ ਦੇ ਮੀਡੀਆ ਨੂੰ ਤੁਹਾਨੂੰ ਕ੍ਰੈਡਿਟ ਦੇਣਾ ਪਊਗਾ, ਉਹਦੀ ਕ੍ਰੈਡੀਬਿਲਿਟੀ ਨੂੰ ਸਲਿਊਟ ਕਰਨਾ ਪਊਗਾ ਕਿ ਉਹਨਾਂ ਨੇ ਪ੍ਰੈਜੀਡੈਂਟ ਜਿਹਨੂੰ ਦੁਨੀਆ ਦਾ ਸਭ ਤੋਂ ਤਾਕਤਵਰ ਮਨੁੱਖ ਸਮਝਿਆ ਜਾਂਦਾ ਹੈ, ਉਹਦੇ ਵੀ ਉਹ ਦਬਾਅ ਹੇਠ ਨਹੀਂ ਆਏ, ਉਹਨੇ ਫਿਰ ਜਰਨਲਿਜ਼ਮ ਦਾ ਸਾਥ ਫੜੀ ਰੱਖਿਆ, ਸੱਚ ਦਾ ਸਾਥ ਫੜੀ ਰੱਖਿਆ। ਪਰ ਇਹਦੇ ਉਲਟ ਇੰਡੀਆ ਦੇ ਵਿੱਚ ਮੈਂ ਵੀ ਹੋਏ ਨੇ ਸੀ ਅਖਬਾਰ ਦੇ ਵਿੱਚ ਗਿਆ ਨੂੰ ਕਿ ਮੈਂ ਇੱਕ ਖਬਰ ਲਗਾਈ, ਉਦੋਂ ਪਾਰਲੀਮੈਂਟ ਦੇ ਅਸੈਂਬਲੀਜ਼ ਦੇ ਸੈਸ਼ਨ ਜਿਹੜੇ ਹੁੰਦੇ ਸੀ ਮਹੀਨਿਆਂਬੰਦੀ ਹੁੰਦੇ ਸੀ, ਔਰ ਸਟੇਟ ਦੀ ਜਾਂ ਕੰਟਰੀ ਦੀ ਹਰ ਗੱਲ ਉੱਥੇ ਡਿਸਕਸ ਹੋ ਜਾਂਦੀ ਸੀ। ਮੈਂ ਇੱਕ ਖਬਰ ਲਗਾਈ, ਉਸੇ ਵੇਲੇ ਉਹ ਅਗਲੇ ਦਿਨ ਹੀ ਉਹ ਅਸੈਂਬਲੀ ਦੇ ਵਿੱਚ ਸਵਾਲ ਉੱਠ ਗਿਆ ਔਰ ਇਨਕੁਆਇਰੀ ਸ਼ੁਰੂ ਹੋ ਗਈ। ਉਹ ਗੌਰਮੈਂਟ ਦੇ ਔਰ ਲੋਕਾਂ ਦੇ ਵਿਚਾਲੇ ਇੱਕ ਪੁੱਲ ਬਣਿਆ ਰਹਿੰਦਾ, ਪਰ ਹੁਣ ਪਿਛਲੇ ਉੱਥੇ ਮੋਦੀ ਸਾਹਿਬ ਤੋਂ ਬਾਅਦ ਜੋ ਹੋਇਆ ਉਹ ਮੀਡੀਆ ਮੀਡੀਆ ਨਹੀਂ ਰਿਹਾ, ਮੀਡੀਆ ਮੀਡੀਆ ਦਾ ਰੋਲ ਅਦਾ ਨਹੀਂ ਕਰ ਰਿਹਾ। ਉੱਥੇ ਇੱਕ ਕਿਸਮ ਦੀ ਡਿਕਟੇਟਰਸ਼ਿਪ ਕਿਸਮ ਦਾ ਰੂਲ ਹੋ ਗਿਆ ਕਿ ਮੀਡੀਆ ਨੂੰ ਗੋਦੀ ਮੀਡੀਆ ਕਿਹਾ ਜਾਂਦਾ, ਉਹ ਸਰਕਾਰ ਨੇ ਇੰਨਾ ਕੁ ਉਹਨਾਂ ਨੂੰ ਖਰੀਦਿਆ ਕਿ ਉਹਦਾ ਹੀ ਪ੍ਰਚਾਰ ਹੋ ਰਿਹਾ, ਲੋਕਾਂ ਦੀ ਗੱਲ ਪਹੁੰਚ ਨਹੀਂ ਰਹੀ, ਲੋਕਾਂ ਦੇ ਵੀ ਸਰਕਾਰ ਦੇ ਵਿੱਚ ਇਸ ਲਈ ਦੂਰੀ ਲਗਾਤਾਰ ਬਣਦੀ ਜਾ ਰਹੀ ਹੈ। ਸਰਕਾਰ ਲੋਕਾਂ ਵੱਲ ਨਹੀਂ ਦੇਖ ਰਹੀ, ਕੁਛ ਵੱਡੇ ਧਨਾੜ ਬਿਜ਼ਨਸਮੈਨਾਂ ਵੱਲ ਹੀ ਦੇਖ ਰਹੀ ਜਾਪਦੀ ਹੈ। ਇਸ ਕਰਕੇ ਉੱਥੇ ਮੀਡੀਆ ਦੀ ਹਾਲਤ ਇਸ ਲਈ ਤਰਸਯੋਗ ਹੈ, ਉਹਨੂੰ ਅਮੈਰੀਕਾ ਦੇ ਮੀਡੀਆ ਨਾਲ ਤੁਲਨਾ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਉਹਨਾਂ ਨੇ ਉਹ ਇੰਟੈਗ੍ਰਿਟੀ ਕਾਇਮ ਨਹੀਂ ਰੱਖੀ ਮੋਦੀ ਸਾਹਿਬ ਦੇ ਆਉਣ ਤੋਂ ਬਾਅਦ ਜੀ। ਬਲਦੇਵ ਜੀ, ਅਗਰ ਆਪਾਂ ਗੱਲ ਕਰੀਏ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੀ ਹੈ ਜਾਂ ਆਪਾਂ ਕਹਿ ਸਕਦੇ ਹਾਂ ਪੱਕੀ ਹੋਣੀ ਸ਼ੁਰੂ ਹੋ ਜਾਂਦੀ ਹੈ, ਅਗਰ ਇਹਨੂੰ ਕਰੈਕਟ ਨਾ ਕੀਤਾ ਜਾਏ, ਉਹਦਾ ਇੰਪੈਕਟ ਇੱਕ ਸੁਸਾਇਟੀ 'ਤੇ, ਇੱਕ ਆਮ ਐਵਰੇਜ ਸਿਟੀਜ਼ਨ 'ਤੇ ਕਿਸ ਤਰ੍ਹਾਂ ਦਾ ਪੈਂਦਾ ਹੈ? ਦੇਖੋ, ਲੋਕਾਂ ਦਾ ਜਿਹੜਾ ਇੱਕ ਗੌਰਮੈਂਟ ਦੇ ਨਾਲ ਰਿਸ਼ਤਾ ਹੁੰਦਾ, ਜੇ ਗੌਰਮੈਂਟ ਨਾਲ ਅਸਹਿਮਤੀ ਹੁੰਦੀ ਹੈ, ਉਸੇ ਜਿਸ ਜੇ ਮੀਡੀਆ ਰਾਹੀਂ ਆਉਂਦੀ ਰਹੀ, ਗੌਰਮੈਂਟ ਵੀ ਪਤਾ ਲੱਗਦਾ ਰਹਿੰਦਾ ਵੀ ਕੀ ਹੋਇਆ, ਕਿੱਥੇ ਗਲਤੀ ਸਾਤੋਂ ਬੰਦੀ ਕੀ ਹੋਈ ਹੈ ਜਾਂ ਕਮੀ ਰਹਿ ਗਈ। ਉਹ ਗੌਰਮੈਂਟ ਨੂੰ ਵੀ ਕਿਸੇ ਦਾ ਸ਼ੀਸ਼ਾ ਦਿਸਦਾ ਰਹਿੰਦਾ, ਉਹਨਾਂ ਕੋਲ ਗੌਰਮੈਂਟ ਕੋਲ ਇੱਕ ਥਰਮਾਮੀਟਰ ਦੀ ਨਿਆਂ ਹੁੰਦਾ ਅਖਬਾਰ ਕਿ ਲੋਕਾਂ ਦਾ ਟੈਂਪਰੇਚਰ ਕਿੱਧਰ ਜਾ ਰਿਹਾ ਹੁਣ। ਪਰ ਇਹ ਜਿਸਲੇ ਮੀਡੀਆ ਨੂੰ ਪੋਲਿਊਟ ਕਰ ਦਿੱਤਾ ਜਾਂਦਾ ਜਾਂ ਦਬਾ ਲਿਆ ਜਾਂਦਾ, ਉਸ ਲਈ ਉਹ ਰਾਬਤਾ ਟੁੱਟ ਜਾਂਦਾ,
ਉਹ ਕੁਝ ਦੇਰ ਤੱਕ ਦੱਬੇ ਰਹਿੰਦੇ ਨੇ ਔਰ ਮਸਲੇ ਵੀ ਦੱਬੇ ਰਹਿੰਦੇ ਲੋਕ ਵੀ ਦੱਬੇ ਰਹਿੰਦੇ ਫਿਰ ਇਕੱਠੀ ਕਿਤੇ ਭੜਕਾਟ ਪੈਦਾ ਹੁੰਦੀ ਹੁਣ ਤੁਸੀਂ ਦੇਖੋ ਪੰਜਾਬ ਦੇ ਵਿੱਚ ਕੀ ਹੋ ਰਿਹਾ ਇਸ ਲਈ ਜੋ ਕਿਸਾਨਾਂ ਦਾ ਘੋਲ ਹੈ ਸਿਰਫ ਕਿਸਾਨਾਂ ਦਾ ਇੱਕ ਮੰਗਾਂ ਲੈ ਕੇ ਨਹੀਂ ਲੱਗਦਾ ਲੋਕਾਂ ਦਾ ਰੋਸ ਹੋਰ ਕਈ ਗੱਲਾਂ ਤੋਂ ਵੀ ਆ ਰਿਹਾ ਹੈ ਇਕੱਠਾ ਹੋ ਗਿਆ ਉਹਦੇ ਵਿੱਚ ਔਰਤਾਂ ਵੀ ਸ਼ਾਮਿਲ ਨੇ ਹੋਰ ਮਜ਼ਦੂਰ ਵੀ ਸ਼ਾਮਿਲ ਨੇ ਉਹਦੇ ਵਿੱਚ ਸਾਰੇ ਇਕੱਠੇ ਹੋ ਰਹੇ ਨੇ ਉਹ ਇੱਕ ਮੂਵਮੈਂਟ ਦੀ ਸ਼ਕਲ ਅਖਤਿਆਰ ਕਰਦਾ ਜਾ ਰਿਹਾ ਜਿਹੜਾ ਉਹਨਾਂ ਦਾ ਕਿਸਾਨਾਂ ਦਾ ਐਜੀਟੇਸ਼ਨ ਹੈ ਇਹ ਜਿਹੜਾ ਪ੍ਰੈਸ ਤੋਂ ਜਾਂ ਮੀਡੀਆ ਤੋਂ ਦੂਰੀ ਰੱਖਣੀ ਜਾਂ ਮੀਡੀਆ ਨੂੰ ਦਬਾ ਕੇ ਰੱਖਣਾ ਇਹ ਸਰਕਾਰ ਲਈ ਵੀ ਲਾਹੇਵੰਦ ਨਹੀਂ ਹੁੰਦਾ ਇਹ ਐਕਸਪੈਰੀਮੈਂਟ ਜਿਹੜਾ ਇੰਡੀਆ 'ਚ ਹੋ ਰਿਹਾ ਇਹਦਾ ਰਿਜ਼ਲਟ ਆਏਗਾ ਥੋੜ੍ਹੀ ਦੇਰ ਅਮਰੀਕਾ ਦੇ ਵਿੱਚ ਆ ਗਿਆ ਇੰਡੀਆ ਦੇ ਵਿੱਚ ਆਏਗਾ ਫਿਊਚਰ 'ਚ ਜੀ ਬਲਦੇਵ ਜੀ ਆਈ ਗੈਸ ਇਹ ਸਵਾਲ ਥੋੜ੍ਹਾ ਡਿਫੀਕਲਟ ਹੋਣਾ ਹੈ ਆਨਸਰ ਕਰਨਾ ਬਟ ਜਦੋਂ ਆਪਾਂ ਇਸ ਤਰ੍ਹਾਂ ਦੀ ਸਿਚੁਏਸ਼ਨ ਵਿੱਚ ਆ ਜਾਂਦੇ ਹੈ ਜਿੱਥੇ ਲੋਕਾਂ ਦਾ ਬਿਲੀਫ ਹੀ ਨਹੀਂ ਰਹਿ ਜਾਂਦਾ ਤੁਸੀਂ ਉਹਨਾਂ ਨੂੰ ਕੁਛ ਵੀ ਦੱਸਦੇ ਹੋ ਉਹ ਉਹਨਾਂ ਨੇ ਉਹੀ ਮੰਨਣਾ ਹੈ ਜੋ ਉਹਨਾਂ ਨੇ ਮੰਨਣਾ ਹੈ ਉਹਨਾਂ ਨੂੰ ਤੁਸੀਂ ਜਿੰਨੇ ਮਰਜ਼ੀ ਫੈਕਟ ਦੇ ਦਿਓ ਜਿੰਨੀ ਮਰਜ਼ੀ ਇਨਫੋਰਮੇਸ਼ਨ ਦੇ ਦਿਓ ਉਹਨਾਂ ਦਾ ਮਾਈਂਡਸੈਟ ਚੇਂਜ ਨਹੀਂ ਹੁੰਦਾ ਰਾਈਟ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਕਿਸ ਤਰ੍ਹਾਂ ਇੱਕ ਜਰਨਲਿਸਟ ਆਪਣਾ ਕੰਮ ਕਰ ਸਕਦਾ ਹੈ ਜਦੋਂ ਕੁਛ ਵੀ ਉਹ ਰਿਪੋਰਟਿੰਗ ਕਰਦੇ ਹੈ ਜਿੰਨੇ ਭਾਵੇਂ ਮਰਜ਼ੀ ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਫੈਕਟਸ ਦੇ ਨਾਲ ਸਪੋਰਟ ਕਰਦੇ ਸਬੂਤ ਦੇ ਨਾਲ ਸਪੋਰਟ ਕਰਦੇ ਹੈ ਸੁਣਨ ਵਾਲਾ ਕਹਿੰਦਾ ਨਹੀਂ ਜੀ ਇਹ ਤਾਂ ਫੇਕ ਨਿਊਜ਼ ਹੈਗੀ ਸਾਨੂੰ ਕੀ ਕਰਨਾ ਚਾਹੀਦਾ ਹੈ ਇਸ ਮੁਕਾਮ 'ਤੇ ਨਹੀਂ ਤੁਸੀਂ ਆਪਣੀ ਇੰਟੈਗ੍ਰਿਟੀ ਕਾਇਮ ਰੱਖੋ ਮੀਡੀਆ ਦਾ ਕੰਮ ਹੈ ਆਪਣੀ ਇੰਟੈਗ੍ਰਿਟੀ ਕਾਇਮ ਰੱਖਣੀ ਹੁਣ ਤੁਸੀਂ ਕੋਈ ਤੁਹਾਨੂੰ ਕੋਈ ਕੋਈ ਨਿਊਜ਼ ਚੈਨਲ ਪਸੰਦ ਕਰਦਾ ਕੋਈ ਨਿਊਜ਼ ਕੋਈ ਚੈਨਲ ਪਸੰਦ ਕਰਦਾ ਪਰ ਇਨ ਦੀ ਲੌਂਗ ਰਨ ਉਸੇ ਚੈਨਲ ਨੇ ਕਾਮਯਾਬ ਹੋਣਾ ਉਸੇ ਅਖਬਾਰ ਨੇ ਕਾਮਯਾਬ ਹੋਣਾ ਉਸੇ ਪੀਡੀਏ ਨੇ ਕਾਮਯਾਬ ਹੋਣਾ ਜਿਨ ਸੱਚ ਦਾ ਪੱਲਾ ਫੜੀ ਰੱਖਿਆ ਜਿਹੜਾ ਮਤਲਬ ਮੌਕੇ ਦੇ ਹਿਸਾਬ ਨਾਲ ਝੁੱਕ ਗਿਆ ਜਾਂ ਵਿਕ ਗਿਆ ਉਹ ਅਖੀਰ ਨੰਗਾ ਹੋ ਜਾਣਾ ਸੋ ਆਪਣੀ ਮੀਡੀਆ ਤੋਂ ਮੇਰਾ ਨੀ ਖਿਆਲ ਪਈ ਇਹਨਾਂ ਗੱਲਾਂ ਤੋਂ ਡਰ ਜਾਣਾ ਚਾਹੀਦਾ ਜਾਂ ਆਪਣਾ ਲਾਈਨ ਚੇਂਜ ਕਰ ਲੈਣੀ ਚਾਹੀਦੀ ਲੋਕ ਜੁੜਦੇ ਨੇ ਸੱਚਾਈ ਨਾਲ ਲੰਬੀ ਦੇਰ ਲੰਬਾ ਅਰਸਾ ਤੁਸੀਂ ਸੱਚ ਨਾਲ ਜੁੜੇ ਰਹੋ ਲੋਕਾਂ ਨੂੰ ਇਹ ਪਤਾ ਲੱਗਦਾ ਵੀ ਫਲਾਨੀ ਚੈਨਲ ਜਾਂ ਫਲਾਨੀ ਅਖਬਾਰ ਹੀ ਸੱਚ ਬੋਲਦੀ ਹੈ ਉਹ ਫਿਰ ਆਪੇ ਉੱਧਰ ਨੂੰ ਆ ਜਾਂਦੇ ਨੇ ਇਸ ਗੱਲ ਨੂੰ ਕਹਿਣਾ ਕਿ ਲੋਕਾਂ ਦੇ ਮਨ ਬਣਿਓ ਨੇ ਪਹਿਲਾਂ ਹੀ ਤੇ ਇਸ ਕਰਕੇ ਲੋਕਾਂ ਦੇ ਹਿਸਾਬ ਨਾਲ ਚੱਲੀਏ ਫਿਰ ਤੁਸੀਂ ਆਪਣੇ ਰਾਹ ਤੋਂ ਭਟਕ ਜਾਓਗੇ ਤੁਸੀਂ ਆਪਣਾ ਰਾਹ ਮੀਡੀਆ ਨੂੰ ਆਪਣਾ ਰਾਹ ਸਟੈਂਡ ਆਪਣਾ ਰਾਹ ਆਪਣਾ ਸਟੈਂਡ ਪੱਕਾ ਰੱਖਣਾ ਚਾਹੀਦਾ ਆਪਣੀ ਜਿਹੜੀ ਸੋਚ ਹੈ ਉਹ ਤੇ ਕਾਇਮ ਰਹਿਣਾ ਚਾਹੀਦਾ ਆਪਣੇ ਕੁਛ ਵਿਚਾਰ ਇਸ ਟੋਪਿਕ ਤੇ ਸਾਂਝੇ ਕੀਤੇ ਐਂਡ ਡੈਫੀਨੇਟਲੀ ਯੂ ਨੋ ਥੋੜੀ ਜਿਹੀ ਆਪਾਂ ਕਹਿ ਸਕਦੇ ਹਾਂ ਪੋਜ਼ਿਟਿਵ ਲਾਈਟ ਇਸ ਕਾਫੀ ਡਾਰਕ ਟੋਪਿਕ 'ਤੇ ਸ਼ੈਡ ਕੀਤੀ ਸੀ ਅਪਰੀਸ਼ੀਏਟ ਯੂਰ ਟਾਈਮ ਬਲਦੇਵ ਸਿੰਘ ਗਰੇਵਾਲ ਜੀ ਜੋ 40 ਸਾਲਾਂ ਦਾ ਐਕਸਪੀਰੀਅੰਸ ਰੱਖਦੇ ਹੈ ਇਸ ਮੀਡੀਆ ਖਾਸ ਕਰਕੇ ਪ੍ਰਿੰਟ ਮੀਡੀਆ ਦੇ ਵਿੱਚ ਸ਼ੇਰੇ ਪੰਜਾਬ ਪਬਲੀਕੇਸ਼ਨ ਨਿਊਯਾਰਕ ਸਿਟੀ ਤੋਂ ਚੱਲਦੀ ਹੈ ਥੈਂਕ ਯੂ ਸੋ ਮੱਚ ਫੋਰ ਜੁਆਇਨਿੰਗ ਅਸ ਬਲਦੇਵ ਜੀ ਹੈਵ ਅ ਗੁੱਡ ਰੈਸਟ ਆਫ ਯੂਰ ਨਾਈਟ ਸਤਿ ਸ਼੍ਰੀ ਅਕਾਲ ਜੀ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ ਤੁਸੀਂ ਕਿੱਥੇ ਨਾ ਜਾਓ ਮਿਲਦੇ ਹਾਂ ਬ੍ਰੇਕ ਤੋਂ ਉਸ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ ਹੈ ਮੈਂ ਇਸ ਪ੍ਰੋਗਰਾਮ ਦੀ ਕਲੋਜ਼ਿੰਗ ਸਿਰਫ ਇਸੇ ਚੀਜ਼ ਨਾਲ ਕਰਨਾ ਚਾਹੁੰਦੀ ਹਾਂ ਦੈਟ ਜੋ ਹੋ ਚੁੱਕਿਆ ਉਹ ਹੋ ਚੁੱਕਿਆ ਦੈਟਸ ਇਨ ਦਾ ਪੈਸਟ ਜੋ ਪਿਛਲੇ 4 ਸਾਲਾਂ ਦੇ ਵਿੱਚ ਤੁਹਾਡੀ ਰਿਲੇਸ਼ਨਸ਼ਿਪ ਸਾਡੇ ਨਾਲ ਤੁਹਾਡੀ ਰਿਲੇਸ਼ਨਸ਼ਿਪ ਇੱਕ ਕੰਸੂਮਰ ਇੱਕ ਐਵਰੇਜ ਸਿਟੀਜ਼ਨ ਦੇ ਤੌਰ 'ਤੇ ਮੀਡੀਆ ਦੇ ਨਾਲ ਨਿਊਜ਼ ਆਊਟਲੈਟਸ ਦੇ ਨਾਲ ਕਿਸ ਤਰ੍ਹਾਂ ਚੇਂਜ ਹੋਈ ਹੈ ਮੈਂ ਜ਼ਰੂਰ ਸੁਣਨਾ ਚਾਹੁੰਦੀ ਹਾਂ ਇਸ ਚੀਜ਼ ਨੂੰ ਲੈ ਕੇ ਤੁਸੀਂ ਸਾਨੂੰ ਲਿਖੋ info@justbroadcasting.com ashmita@justbroadcasting.com ਬਟ ਸਾਡਾ ਕੰਮ ਇੱਥੇ ਨਹੀਂ ਖਤਮ ਹੋ ਜਾਂਦਾ ਅਗਰ ਆਪਾਂ ਮੂਵਿੰਗ ਫੋਰਵਰਡ ਗੱਲ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਅਗਲੇ 4 ਸਾਲਾਂ ਦੇ ਵਿੱਚ ਕੀ ਤੁਹਾਡੀ ਐਕਸਪੈਕਟੇਸ਼ਨਸ ਹਨ ਕੀ ਨੈਕਸਟ ਐਡਮਿਨਿਸਟ੍ਰੇਸ਼ਨ ਨੂੰ ਕਰਨਾ ਪੈਣਾ ਅਗਰ ਆਪਾਂ ਜੋ ਬਾਈਡਨ ਪ੍ਰੈਜ਼ੀਡੈਂਟ ਇਲੈਕਟ ਦੀ ਐਡਮਿਨਿਸਟ੍ਰੇਸ਼ਨ ਦੀ ਗੱਲ ਕਰਦੇ ਹਾਂ ਕਿਸ ਤਰ੍ਹਾਂ ਉਹਨਾਂ ਦਾ ਸੁਭਾਅ ਹੋਣਾ ਚਾਹੀਦਾ ਹੈ ਮੀਡੀਆ ਨੂੰ ਲੈ ਕੇ ਜਿੱਥੇ ਪ੍ਰੈਜ਼ੀਡੈਂਟ ਟਰੰਪ ਦੀ ਐਡਮਿਨਿਸਟ੍ਰੇਸ਼ਨ ਨੇ ਵੱਡੇ ਵੱਡੇ ਰੈਪਿਊਟਿਡ ਲੌਂਗ ਸਟੈਂਡਿੰਗ ਮੀਡੀਆ ਆਊਟਲੈਟਸ ਨੂੰ ਬੈਨ ਕਰਤਾ ਸੀ ਵਾਈਟ ਹਾਊਸ ਪ੍ਰੈਸ ਬਰੀਫਿੰਗ ਰੂਮ ਤੋਂ ਜਿੱਥੇ ਪ੍ਰੈਜ਼ੀਡੈਂਟ ਟਰੰਪ ਦੀ ਐਡਮਿਨਿਸਟ੍ਰੇਸ਼ਨ ਨੇ ਅਤੇ ਉਹਨਾਂ ਨੇ ਡਾਇਰੈਕਟਲੀ ਅਟੈਕਸ ਕੀਤੇ ਮੀਡੀਆ 'ਤੇ ਵਰਬਲੀ ਟਵਿੱਟਰ 'ਤੇ ਉਹਨ ਅਟੈਕਸ ਕਰਕੇ ਜਿਸ ਤਰ੍ਹਾਂ ਦਾ ਬਿਹੇਵੀਅਰ ਲੋਕਾਂ ਦਾ ਸਾਡੇ ਵੱਲ ਸ਼ਿਫਟ ਹੋਇਆ ਉਸ ਚੀਜ਼ ਨੂੰ ਕਰੈਕਟ ਕਰਨ ਲਈ ਜੋ ਬਾਈਡਨ ਪ੍ਰੈਜ਼ੀਡੈਂਟ ਇਲੈਕਟ ਨੂੰ ਕੀ ਕੁਛ ਕਰਨਾ ਪੈਣਾ ਹੈ ਇਹਦੇ ਬਾਰੇ ਵੀ ਡਿਸਕਸ ਕਰਾਂਗੇ ਐਂਡ ਇੱਥੇ ਮੈਂ ਇੱਕ ਹੋਰ ਛੋਟੀ ਜਿਹੀ ਅਨਾਊਂਸਮੈਂਟ ਕਰਨਾ ਚਾਹੁੰਦੀ ਹਾਂ ਮੰਡੇ ਦਾ ਪ੍ਰੋਗਰਾਮ ਤੁਹਾਡਾ ਹੋਏਗਾ ਤੁਸੀਂ ਕਾਲ ਕਰਕੇ ਸਾਡੇ ਨਾਲ ਜ਼ਰੂਰ ਜੁੜੋ ਇਟ ਵਿਲ ਬੀ ਓਪਨ ਟੋਪਿਕ ਮੈਂ ਤੁਹਾਡੇ ਤੋਂ ਸੁਣਨਾ ਚਾਹੁੰਦੀ ਹਾਂ ਕਿ ਕੀ ਤੁਹਾਡੇ ਸਭ ਤੋਂ ਵੱਡੇ ਮੁੱਦੇ ਸਭ ਤੋਂ ਵੱਡੇ ਮਸਲੇ ਤੁਹਾਨੂੰ ਇਸ ਵੇਲੇ ਚਿੰਤਕ ਕਰ ਰਿਹਾ ਇਨ ਕਿਸ ਤਰ੍ਹਾਂ
साढ़े नाल गल करके किस तरह इस प्रोग्राम दे विच एक मीडिया रैपिटेड मीडिया दे तौर ते साढ़े वालों की कुछ हो सकता है उन मुद्दों ते थोड़ी जी लाइट पाने लई। इहदे नाल ही प्रोग्राम की समाप्ति कर दी है। हुण मैनूं दिओ इजाजत, सत श्री अकाल।